ਹੁਣ ਮੌਲਵੀਆਂ ਤੇ ਵੀ ਇੱਕ ਫੇਰਾ ਆ ਜਾਈਏ, ਕਿਉਂਕਿ ਮੌਲਵੀ ਕਿਹੜੇ ਜਬਰੀਲ ਦੀ ਲੜੀ ਚੋਂ ਨੇ। ਹੁਣ ਜਰਾ ਮੌਲਵੀਆਂ ਦੀ ਇੱਕ ਮਖਤੀ ਆਉਣ ਲੱਗੀ ਏ, ਨਬੀ ਦੇ ਮਿੰਬਰ ਤੇ ਬਹਿਣਾ ਏ, ਹਜ਼ੂਰ ਦੇ ਦੀਨ ਦੇ ਨਾਮ ਦੇ ਉੱਤੇ ਇੱਜ਼ਤ ਕਮਾਉਣੀ ਏ, ਲੋਕਾਂ ਕੋਲ ਘੁਮਾਉਣਾ, ਲਾਮਾ ਸਾਹਿਬ, ਹਜ਼ਰਤ ਸਾਹਿਬ, ਸ਼ਾਹ ਸਾਹਿਬ, ਕਿਬਲਾ ਸਾਹਿਬ, ਪੀਰ ਸਾਹਿਬ, ਮੌਲਵੀ ਸਾਹਿਬ, ਹਜ਼ਰਤ ਸਾਹਿਬ, ਮੁਫਤੀ ਸਾਹਿਬ, ਕਿਬਲਾ ਸਾਹਿਬ, ਸ਼ੇਖ ਉਲ ਮਸ਼ਾਇਖ ਸਾਹਿਬ। ਹੁਣ ਸ਼ੇਖ ਸਾਹਿਬ ਜਾ ਰਹੇ ਨੇ, ਮੁਫਤੀ ਸਾਹਿਬ ਜਾ ਰਹੇ ਨੇ, ਮੌਲਵੀ ਸਾਹਿਬ ਜਾ ਰਹੇ, ਕਿੱਥੇ? ਮੈਰਿਜ ਹਾਲ ਚ ਨਿਕਾਹ ਪੜਾਉਣ। ਕੀ ਹੈ ਜੀ, ਨਬੀ ਦਾ ਗੁਲਾਮ ਜਾ ਰਿਹਾ, ਹਜ਼ੂਰ ਦੀ ਸੁਨਤ ਨਿਕਾਹ ਪੜਾਉਣ ਜਾ ਰਿਹਾ, ਮੌਲਵੀ ਸਾਹਿਬ ਜਾ ਰਹੇ ਜਾ ਰਹੇ। ਅੱਗੇ ਕੁੜੀਆਂ ਨੰਗੇ ਸਿਰ ਫੁੱਲ ਸੁੱਟ ਰਹੀਆਂ, ਮੌਲਵੀ ਨੇ ਪੰਜ ਗੱਲ ਦੀ ਪਾਗਲ ਬੰਨੀ ਏ, ਕਿਸੇ ਮੌਲਵੀ ਨੂੰ ਸ਼ੈਤ ਨੇ ਆਈ ਪੱਗ ਲਾ ਕੇ ਕਿਹਾ ਜੀ, ਕੁਆਰੀਆਂ ਤੀਆਂ ਦੇ ਸਿਰ ਕੱਜ ਦਵੇ ਕਿ ਮੇਰੀ ਓ ਬੇਟੀ ਓ ਮੇਰੇ ਨਬੀ ਦੇ ਮਿੰਬਰ ਤੇ ਬੈਠਾ ਏ, ਜਿਹਦੇ ਮਿੰਬਰ ਤੇ ਬੈਠਾ ਏ, ਉਹਨੇ ਆਪਣੀ ਕਾਲੀ ਕਮਲੀ ਉਤਾਰ ਕੇ ਕਾਫਰ ਦੀ ਧੀ ਦਾ ਸਰ ਕੱਜਿਆ ਸੀ। ਮੌਲਵੀ ਨਿਕਾਹ ਪੜਾਉਣ ਜਾਂਦਾ, ਮੈਨੂੰ ਵਹਾਓ ਕੋਈ ਮੌਲਵੀ, ਉਹਨਾਂ ਕੁਆਰੀਆਂ ਤੀਆਂ ਦੇ ਸਿਰ ਕੱਜਦਾ, ਐਡਾ ਪਗੜ ਬਣਿਆ ਹੁੰਦਾ ਤੇ ਬੈਠਾ ਹੁੰਦਾ ਕੁਰਸੀ ਤੇ, ਜਾ ਕੇ ਵਾਜੇ ਵਾਜਰੇ ਹੁੰਦੇ ਨੇ, ਆਸ਼ਕੇ ਰਸੂਲ ਦੀ ਜੰਝੇ ਵਾਜੇ ਵਾਜਰੇ ਨੇ, ਹਜ਼ਰਤ ਹੁਣੇ ਦਾ ਜੀ ਕਰਦਾ ਮੈਂ ਵੀ ਨਾਲ ਨੱਚਾਂ, ਨਾਲ ਕੁਰਸੀ ਤੇ ਬੈਠਾ ਹੁੰਦਾ, ਉਧਰ ਵਾਜੇ ਵਾਜਰੇ ਨੇ, ਕੁੜੀਆਂ ਨੱਚ ਰਹੀਆਂ, ਮੁੰਡੇ ਨੱਚ ਰਹੇ, ਲੁੱਡੀ ਪਾ ਰਹੇ, ਬੁਗਦੇ ਨੇ, ਬਹਿਰਜ ਹਾਲ ਕੇ ਲਾਲਾ ਲਾਲਾ ਹੁੰਦੀ ਏ, ਅੰਦਰ ਨਬੀ ਦੇ ਮਿੰਬਰ ਦਾ ਵਾਰਸ ਬੈਠਾ ਹੈ ਤੇ ਹੁਣ ਨਿਕਾਹ ਪੜਾਉਣ ਲੱਗਾ ਹੈ। ਯਾਰ ਉਧਰ ਕੀ ਵੇਲਾ ਕੈਮਰੇ ਚ ਮੇਰੇ ਮੁੱਖ, ਮੇਰਾ ਯਾਰ ਹੈ ਕੈਮਰੇ ਚ, ਕੋਈ ਨੀ ਤੂੰ ਕੀ ਕਰਨਾ ਆਣ ਕੇ, ਗੱਲ ਬੜੀ ਵੱਡੀ ਸੀ ਯਾਰ, ਕੈਮਰਾ ਨੂੰ ਮਾਰਿਆ ਕਰ, ਸੱਜ ਦੇਣਾ ਮੁੰਡਿਆਂ ਤੇ ਇੱਧਰ ਰੱਖਿਆ ਕਰ ਕੈਮਰਾ, ਗੱਲ ਬੜੀ ਕੀਮਤੀ ਏ, ਬੜੀ ਕੀਮਤੀ ਗੱਲ ਸੀ। ਮੌਲਵੀ ਸਾਹਿਬ ਕੁਰਸੀ ਤੇ ਬਹਿ ਗਏ ਨੇ, ਜੀ ਹਜ਼ਰਤ ਸਾਹਿਬ ਨਿਕਾਹ ਪੜਾਓ, ਵਾਜੇ ਬੰਦ ਹੋ ਗਏ ਨੇ, ਚੁੱਪ ਕਰੋ ਉਹ ਪੰਡੋ, ਤੁਸੀਂ ਚੁੱਪ ਕਰ ਜੇ, ਮੌਲਵੀ ਸਾਹਿਬ ਆਏ ਨੇ। ਹੁਣ ਮੌਲਵੀ ਸਾਹਿਬ ਨਿਕਾਹ ਪੜਾਉਣ ਲੱਗੇ ਨੇ, ਜਨਾਬ ਜੀ ਪੜਾ ਕੇ ਮੌਲਵੀ ਸਾਹਿਬ ਨੂੰ ਉਹਨਾਂ ਨੇ ਕਿਹਾ ਵੀ 1000 ਕੁ ਦੇ ਦਿਓ, ਤੇ ਜਿਨ੍ਹਾਂ ਕੰਜਰਾਂ ਨੇ ਭੰਡੀ ਕੀਤੀ ਏ, ਬੁੱਢਿਆਂ ਬਾਬਿਆਂ ਵੀ ਉਹਨਾਂ ਦੀਆਂ ਗੱਲਾਂ ਨਾਲ ਲਾ ਲਾ ਕੇ ਪੈਸੇ ਦਿੱਤੇ ਨੇ, ਐਚਔਰੀ ਦੇ ਨਾਂ ਦੀ ਵੇਲ, ਬਾਲ ਪਰਿਵਾਰ ਦੇ ਨਾਂ ਦੀ ਵੇਲ, ਜੱਦ ਦੇ ਨਾਂ ਦੀ ਵੇਲ, ਉਹਨਾਂ ਨੂੰ ਕੰਜਰਾਂ ਨੂੰ ਲੱਖਾਂ ਦਿੱਤੇ ਨੇ, ਤੇ ਮੌਲਵੀ ਨੂੰ ਅੱਲਾ ਨੇ ਕਹਿ ਲਿਆ ਵੇਖ ਲਾ ਤੂੰ ਮੇਰੇ ਦੀਨ ਨੂੰ ਜ਼ਲੀਲ ਕਰਾਇਆ, ਯਹੂਦੀ ਨੇ ਬੁਲਾਇਆ ਕਲੀਸੇ ਚ ਨਿਕਾਹ ਪੜਾਉਣਾ, ਉਹਨੇ ਕਿਹਾ ਕਲੀਸੇ ਚ ਆ ਜਾਓ, ਸਾਈ ਨੇ ਕਿਹਾ ਨਿਕਾਹ ਪੜਾਉਣਾ, ਪਾਦਰੀ ਨੇ ਕਿਹਾ ਗਿਰਜੇ ਚ ਆ ਜਾਓ, ਸਿੱਖ ਨੇ ਕਿਹਾ ਨਿਕਾਹ ਪੜਾਉਣਾ, ਉਹਨਾਂ ਦੇ ਪੰਡਤ ਜੀ ਗੁਰੂ ਨੇ ਕਿਹਾ ਗੁਰਦੁਆਰੇ ਆ ਜਾਓ, ਹਿੰਦੂ ਨੇ ਕਿਹਾ ਨਿਕਾਹ ਪੜਾਉਣਾ, ਉਹਨਾਂ ਕਿਹਾ ਪੰਡਤ ਨੇ ਮੁਗਲ ਜੀ ਆਓ ਮੰਦਿਰ ਦੇ ਅੰਦਰ ਆ ਜਾਓ, ਮੌਲਵੀ ਕਹਿੰਦਾ ਜਿੱਥੇ ਤੁਸੀਂ ਕੰਜਰਖਾਨਾ ਕਰੋਗੇ ਮੈਂ ਉੱਥੇ ਹੀ ਆ ਜਾਵਾਂਗਾ, ਇਹਨੇ ਨਹੀਂ ਕਿਹਾ ਮਸੀਤੇ ਆ ਜਾਓ, ਇਹਨੇ ਆਪਣੀ ਚੌਧਰ ਆਪ ਗਵਾਈ, ਇਹਨੇ ਆਪਣੀ ਦਿਲ ਕੇ ਫਫੋਲੇ ਚੱਲ ਉੱਠੇ ਸੀਨੇ ਕੇ ਦਾਗ ਸੇ, ਇਸ ਘਰ ਕੋ ਆਗ ਲੱਗੀ ਕਰਕੇ ਚਿਰਾਗ ਸੇ, ਜਿਨ ਪੱਤੋਂ ਪੇ ਤਕੀਆ ਥਾ ਵੋ ਪੱਤੇ ਹਵਾ ਦੇਣੇ ਲੱਗੇ। ਮੌਲਵੀ ਦਾ ਮੁੱਲ ਪਿਆ 1000, ਕੰਜਰਾਂ ਦਾ ਮੁੱਲ ਪਿਆ ਲੱਖਾਂ, ਵਾਜੇ ਵਾਲਿਆਂ ਨੂੰ ਪਹਿਲੋਂ ਵੀ ਦਿੱਤੇ, ਰੋਟੀ ਵੀ ਖਵਾਈ, ਗੱਡੀ ਦਾ ਕਿਰਾਇਆ ਵੀ ਦਿੱਤਾ, ਘਰੋਂ ਘਰ ਗਵਾਇਆ ਨਾਲੇ ਭੜਵਾ ਖਵਾਇਆ, ਉਹ ਬੋਲੋ ਤੇ ਸਹੀ, ਸਭ ਕੁਛ ਕੀਤਾ ਮੌਲਵੀ ਬੜੀ ਜ਼ਹਾਰ। ਅੱਲਾ ਨੇ ਕਿਹਾ ਮੌਲਵੀਆ ਤੇਰੀ ਇੱਜ਼ਤ ਇਸ ਪਾਸੇ ਜ਼ਹਾਰ ਹੋਈ ਏ, ਤੂੰ ਮੇਰੇ ਦੀਨ ਨਾਲ ਗੱਦਾਰੀ ਕੀਤੀ ਏ, ਤੂੰ ਮੇਰੇ ਘਰ ਦਾ ਚੌਕੀਦਾਰ ਸਾਂ, ਤੂੰ ਨਬੀ ਦੇ ਦੀਨ ਦਾ ਚੌਕੀਦਾਰ ਸਾਂ, ਚੋਰ ਕੁੱਤੀ ਰਲੇ, ਝੁੱਗਾ ਲਟੀਂਦਾ ਹੈ, ਮੌਲਵੀ ਸ਼ਤਾਨ ਰਲੇ ਤੇ ਦੀਨ ਲਟੀਂਦਾ ਹੈ, ਦੱਸੋ ਇਹਨਾਂ ਮੌਲਵੀਆਂ ਨੂੰ ਡਟ ਜਾਣਾ ਚਾਹੀਦਾ ਸੀ, ਕਿਸਾ ਬੇਨਮਾਜ਼ ਦਾ ਜਨਾਜ਼ਾ ਨਹੀਂ ਪੜਾਉਣਾ, ਵਾਜਿਆਂ ਵਾਲੀ ਜਾਈ ਦਾ ਨਿਕਾਹ ਨਹੀਂ ਪੜਾਉਣਾ, ਜੇ ਸਵੇਰੇ ਬਹਾਵਲਦਾਸ 'ਚ ਕੋਈ ਬੰਦਾ ਮਸੀਤੇ ਨਾ ਵੜੇ ਤੇ ਮੇਰਾ ਨਾਂ ਵਟਾ ਦੇਵੇ, ਸਵੇਰੇ ਲਾਣ ਤੇ ਕਰਨ। ਇਹ ਮੌਲਵੀ ਆਪ ਮੁਖਲਸ ਨਹੀਂ, ਜੇ ਮੌਲਵੀ ਇਸਲਾਮ ਨਾਲ ਮੁਖਲਸ ਹੋਣ ਤੇ ਸੜਕਾਂ ਬਲਾਕ ਕਰਦੇ ਨੇ ਖਤਮੇ ਨਬੂਵਤ ਦੇ ਨਾਮ ਤੇ, ਤੇ ਸਵੇਰੇ ਸਾਰੇ ਫਿਰਕਿਆਂ ਦੇ ਮੌਲਵੀ ਦਪਾਲਪੁਰ ਦੇ ਚੌਕ ਚ ਲਾਣ ਕਰਨ ਕਿ ਅਸੀਂ ਬੇਨਮਾਜ਼ ਦਾ ਜਨਾਜ਼ਾ ਨਹੀਂ ਪੜਾਉਣਾ, ਤੇ ਵੇਖੀ ਸਵੇਰੇ ਮਸੀਤਾਂ ਭਰਦੀਆਂ ਨੇ ਕਿ ਨਹੀਂ ਭਰਦੀਆਂ। ਮੌਲਵੀ ਕਵੇ ਹਾਂ ਵੀ ਮਹਿੰਦੀ ਵਾਲੀ ਕੁੜੀ ਦਾ ਮੈਂ ਨਿਕਾਹ ਨਹੀਂ ਪੜਾਉਣਾ, ਤੇ ਮੈਂ ਵੇਖਾਂਗਾ ਕਿਹੜੀ ਕੁੜੀ ਮਹਿੰਦੀ ਕੱਢਦੀ। ਮੌਲਵੀ ਕਵੇ ਹਾਂ ਮੈਂ ਵਾਜਿਆਂ ਵਾਲੀ ਜਾਈ ਦਾ ਨਿਕਾਹ ਨਹੀਂ ਪੜਾਉਣਾ, ਮੈਂ ਵੇਖਾਂਗਾ ਕਿਹੜੇ ਵਜਾਉਂਦੇ। ਮੌਲਵੀ ਕਵੇ ਮੈਂ ਮਸੀਤੇ ਨਿਕਾਹ ਪੜਾਉਣਾ, ਵੇਖਾਂਗਾ ਦੂਲਾ ਮਸੀਤੇ ਆਉਂਦਾ ਕਿ ਨਹੀਂ ਆਉਂਦਾ। ਇਹ ਲਾੜੇ ਨੂੰ ਆਪ ਕਹਿੰਦਾ ਉੱਥੇ ਹੀ ਚੱਲੀ, ਮੈਂ ਵੀ ਆਵਾਂਗਾ, ਜ਼ਰਾ ਘੜੀ ਮੈਂ ਵੀ ਲੁੱਡੀ ਲੱਡੀ ਵੇਖ ਲਵਾਂਗਾ, ਮੇਰਾ ਮੂੰਹ ਸਲੂਣਾ ਕਰ ਲਾਂਗਾ। ਇਹ ਗੱਲ ਸੱਚੀ, ਮੇਰੀ ਗੱਲ ਸੱਚੀ, ਭਾਵੇਂ ਮੌਲਵੀਆਂ ਨੂੰ ਕੌੜੀ ਲੱਗੇ, ਮੌਲਵੀਆਂ ਦਾ ਧਾਤ ਨਹੀਂ ਹੈਗਾ। ਮੌਲਵੀ ਮੁਖਲਸ ਹੋ ਜਾਣ ਨਾ ਆਪਣੇ ਸ਼ੋਭੇ ਨਾਲ, ਤੇ ਆ ਲੋਕਾਂ ਦਾ ਕੀ ਏ? ਤੁਸੀਂ ਆਂਦੇ ਮਸੀਤਾਂ ਦੀਆਂ ਸਭਾ ਤੇ ਉੱਲੀ ਲੱਗੀ ਏ, ਮੈਂ ਲਿਖ ਕੇ ਦੇਣ ਲਈ ਤਿਆਰ ਏ। ਨਾਸਰ ਮਦਨੀ ਦੇ ਨੁਸਖੇ ਤੇ ਮੌਲਵੀ ਅਮਲ ਕਰ ਲੈਣ, ਜਿਵੇਂ ਇਸ ਕੰਮ ਤੇ ਇਕੱਠੇ ਨੇ ਕਿ ਸਾਰੀਆਂ ਪਾਰਟੀਆਂ ਤੁਸੀਂ ਹੜਤਾਲ ਕਰਦੀਆਂ ਵੇਖੀਆਂ, ਡਾਕਟਰਾਂ ਦੇ ਮਰ ਗਏ, ਵਕੀਲਾਂ ਦੇ ਮਰ ਗਏ, ਜੱਜਾਂ ਦੇ ਮਰ ਗਏ, ਐਮਪੀਆਂ ਦੇ ਮਰ ਗਏ, ਕਿਸਾਨਾਂ ਦੇ ਮਰ ਗਏ, ਹੜਤਾਲ ਕਰਦੇ ਨੇ ਕਿ ਨਹੀਂ? ਬੋਲੋ ਤੇ ਸਹੀ।
ਪਰ ਪਾਕਿਸਤਾਨ ਚ ਇੱਕੋ ਮਹਿਕਮਾ ਮੌਲਵੀਆਂ ਦਾ ਜਿਹੜਾ ਕਿਸੇ ਵੀ ਫਿਰਕੇ ਦਾ ਹੈ ਉਹ ਜਨਾਜਗਾਹ ਚ ਇਹ ਨਹੀਂ ਕਹਿੰਦਾ ਪਹਿਲਾਂ ਮੇਰੀ ਤਨਖਾਹ ਵਧਾਓ ਨਹੀਂ ਤੇ ਮੈਂ ਹੜਤਾਲ ਤੇ ਉਹ ਬੋਲੋ ਕਿਹਾ ਕਦੀ ਕਿਸੇ ਮੌਲਵੀ ਅਸੀਂ ਹੜਤਾਲ ਨਹੀਂ ਕਰਦੇ ਮੈਂ ਕਹਿੰਦਾ ਇੱਕ ਕੰਮ ਤੇ ਹੜਤਾਲ ਕਰ ਲਓ ਮੌਲਵੀ ਇਕੱਠੇ ਹੋ ਜਾਣ ਇਹ ਜਿਹੜਾ ਸੜਕਾਂ ਤੇ ਨਾਰੇ ਮਾਰਦੇ ਜੇ ਨਾ ਕਿ ਨਬੀ ਦੀ ਖਾਤਰ ਜਾਨ ਦੇ ਦਾਂਗੇ ਬੱਸਾਂ ਦੇ ਸ਼ੀਸ਼ੇ ਤੋੜ ਦਾਂਗੇ ਪੰਪ ਸਾੜ ਦਾਂਗੇ ਸ਼ਟਰ ਤੋੜ ਦਾਂਗੇ ਮੈਂ ਛੋਟੇ ਲਾ ਦਾਂਗਾ ਮੈਂ ਮੋਛੇ ਪਾ ਦਾਂਗਾ ਇੱਥੇ ਛੋਟੇ ਮੋਛੇ ਪਾਓ ਜਿੱਥੇ ਪਾਉਂਦਾ ਕਜੇ ਐਵੇਂ ਬਾਈ ਤਲਵਾਰਾਂ ਨਾ ਮਾਰੋ ਆ ਨਹੀਂ ਗੱਲ ਹੀ ਸੱਚੀ ਆਪ ਸਾਹਿਬ ਸਿੱਧੀ ਨਹੀਂ ਗੱਲ ਆਪ ਸਭ ਤੁਸੀਂ ਮੇਰੇ ਨਾਲ ਜੇ ਨਾ ਤੁਸੀਂ ਵੀ ਨਾਲ ਜਦ ਦੋ ਤੇ ਨਾਲ ਰਲੋ ਨਾ ਮੇਰੇ ਨਹੀਂ ਗੱਲ ਹਜ਼ਰਤ ਸਾਹਿਬ ਮੈਂ ਮਿਸਾਲ ਉਹ ਜੇ ਮੌਲਵੀ ਅੱਲਾ ਜਾਂਦਾ ਦੋ ਗੱਲਾਂ ਤੇ ਇਕੱਠੇ ਹੋ ਜਾਣ ਦੋ ਗੱਲਾਂ ਤੇ ਇਕੱਠੇ ਹੋ ਜਾਣ ਦਿਨੇ ਇਸਲਾਮ ਆ ਜਾਵੇ ਦਿਨੇ ਪਰ ਮੌਲਵੀ ਇੱਕ ਮੌਲਵੀ ਕਹਿੰਦਾ ਮੈਂ ਨਹੀਂ ਪੜ੍ਹਾਉਣਾ ਦੂਜਾ ਦਾ ਵੇਖਿਆ ਡਾਹਾ ਜੀ ਮੈਂ ਪੜ੍ਹਾਵਾਂ ਇੱਥੇ ਹੁਣ ਕਿਵੇਂ ਇਸਲਾਮ ਬੰਨੇ